ਹੋਰ ਸੁਣਾ ਵੀ ਲਵ ਯੂ ਕੀ ਹਾਲ ਚਾਲ ਆ ਜੈ ਹਿੰਦ ਸਰ ਬੇਟਾ ਕੈਸਾ ਮਹਿਸੂਸ ਹੋ ਰਿਹਾ ਤੈਨੂੰ ਇੰਨੇ ਦਿਨਾਂ ਬਾਅਦ ਬੇਇੱਜ਼ਤੀ ਕਰਾ ਕੇ ਆ ਕੇ ਓ ਸੌਰੀ ਮਤਲਬ ਕੰਮ ਕਰਕੇ ਆ ਕੇ ਕਿਉਂਕਿ ਬੇਇੱਜ਼ਤੀ ਤਾਂ ਤੇਰੀ ਹੋਈ ਆ ਉੱਥੇ ਗਈ ਆ 15 ਅਗਸਤ ਦੇ ਵਿੱਚ ਉਹਨਾਂ ਨੇ ਤੈਨੂੰ ਪਰੇਡ ਦੇ ਵਿੱਚ ਸ਼ਾਮਲ ਨਹੀਂ ਕੀਤਾ ਵੈਸੇ ਕਿਉਂ ਨਹੀਂ ਕੀਤਾ ਮੈਨੂੰ ਕਾਰਨ ਨਹੀਂ ਪਤਾ ਲੱਗਾ ਬੇਟਾ ਸਰ ਮੈਂ ਕੁੱਤੇ ਦੀ ਆਵਾਜ਼ ਕੱਢਦੀ ਸੀ ਉੱਥੇ ਕੁੱਤੇ ਦੀ ਆਵਾਜ਼ ਕੱਢਦੀ ਸੀ ਹਾਂਜੀ ਸਰ ਫਿਰ ਮੈਂ ਸੁਣੇ ਤੈਨੂੰ ਸਟੈਂਡਿੰਗ ਓਵੇਸ਼ਨ ਦੇ ਕੇ ਕੱਢਿਆ ਪ੍ਰਧਾਨ ਮੰਤਰੀ ਸਾਹਿਬ ਨੇ ਚਲੋ ਇਹ ਵੀ ਹੋ ਜਾਂਦਾ ਸਭ ਟਾਈਮ ਕੋਈ ਗੱਲ ਨਹੀਂ ਬੇਟਾ ਜ਼ਿੰਦਗੀ ਦੇਖੋ ਜ਼ਿੰਦਗੀ ਜੀਣੇ ਦਾ ਨਾਮ ਬੰਦੇ ਨੂੰ ਅੱਗੇ ਚੱਲਦੇ ਰਹਿਣਾ ਚਾਹੀਦਾ ਹਾਂਜੀ ਸਰ ਤੂੰ ਜ਼ਿਆਦਾ ਤੇਜ਼ ਚੱਲਿਆ ਕਰ ਕਿਉਂਕਿ ਜਿੱਦਾਂ ਤੇਰਾ ਮੂੰਹ ਤੂੰ ਨਾਲੇ 'ਚ ਡਿੱਗਣਾ ਪਰ ਇਹਦੇ ਕਦੀ ਟੈਨਸ਼ਨ ਨਹੀਂ ਲੈਣੀ ਦੇਖੋ ਹਾਰ ਜਿੱਤ ਹੈ ਜ਼ਿੰਦਗੀ 'ਚ ਲੱਗੀ ਜਾਂਦੀ ਹੈ ਹੁਣ ਤੱਕ ਚੀਜ਼ ਨੋਟ ਕੀਤੀ ਆ ਕਿ ਪਹਿਲੇ ਇੱਥੇ ਜੋਣਾ ਆਉਂਦਾ ਹੁੰਦਾ ਸੀ ਹਾਂਜੀ ਸਰ ਉਹਦੀ ਜਿੱਤ ਸੀ ਉਹਨੂੰ ਮੈਂ ਸਮਝਾਉਂਦਾ ਹੁੰਦਾ ਸੀ ਉਹ ਲਾਈਫ ਦੇ ਵਿੱਚ ਅੱਗੇ ਵਧ ਰਿਹਾ ਜੀ ਹਾਂਜੀ ਕੱਲ੍ਹ ਉਹਨੇ ਇੱਕ ਐਸੀ ਕਰਤੂਤ ਕੀਤੀ ਆ ਤੂੰ ਬਲੀਵ ਨਹੀਂ ਕਰੇਂਗੀ ਮੈਂ ਤੈਨੂੰ ਕੀ ਦੱਸਾਂ ਹਾਂਜੀ ਸਰ ਮੈਂ ਵੀ ਕਮਾ ਜੀਣਾ ਦੀਦਾ ਨਹੀਂ ਪਿਆ ਉਹਦਾ ਉਹ ਤੈਨੂੰ ਦਿਖਣਾ ਇਸ ਕਰਕੇ ਨਹੀਂ ਕਿਉਂਕਿ ਤੂੰ ਮਾੜਾ ਜਿਹਾ ਪਿੱਛੇ ਨਜ਼ਰ ਮਾਰ ਅੱਜ ਬੜੇ ਦਿਨਾਂ ਬਾਅਦ ਸਾਨੂੰ ਆ ਗਈ ਜੇਲ ਦੀ ਆ ਪੁੱਤਰ ਤੈਨੂੰ ਨਹੀਂ ਆਈ ਅੰਦਰ ਜਿਹੜੇ ਚੂਹੇ ਸੀ ਨਾ ਉਹਨਾਂ ਦੀ ਡਿਮਾਂਡ ਤੇ ਗਿਆ ਅੰਦਰ ਉਹਨਾਂ ਨੇ ਕੱਲ ਮੈਨੂੰ ਸਾਰਿਆਂ ਨੇ ਲੈਟਰ ਲਿਖੀ ਆ ਭਾਈ ਅੰਦਰ ਤੇ ਭੇਜੋ ਭਾਈ ਸਾਹਿਬ ਨੂੰ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਤੇਰਾ ਓਕੇ ਜੀ ਠੀਕ ਆ ਸਤਿ ਸ੍ਰੀ ਅਕਾਲ ਲੈ ਵੀ ਕੱਲ ਪਤਾ ਕੀ ਕੀਤਾ ਇਹਨੇ ਸਤਿ ਸ੍ਰੀ ਅਕਾਲ ਮੈਡਮ ਜਵਾਬ ਤੇ ਦੇ ਦੇ ਜਾਂ ਫਿਰ ਜਵਾਬ ਆ ਸਾਡੇ ਵੱਲੋਂ ਮਿਲ ਗਿਆ ਜਵਾਬ ਮੈਂ ਤੁਹਾਡੇ ਵੱਲੋਂ ਨਹੀਂ ਮੈਡਮ ਵੱਲੋਂ ਚਾਹਨਾ ਜੀ ਮੇਰੇ ਵੱਲੋਂ ਵੀ ਜਵਾਬ ਹੀ ਤੈਨੂੰ ਜਾ ਬਸ ਜਵਾਬ ਹੀ ਸਮਝ ਕਹਿੰਦੀ ਅੱਛਾ ਮੈਂ ਤੈਨੂੰ ਪਤਾ ਕੀ ਕਰਨ ਡਿਆ ਸੀ ਹਾਂਜੀ ਸਰ ਕਿ ਬੰਦਾ ਤੇਲ ਕੱਢਣਾ ਗੱਡੀ ਚ ਬੰਦਾ ਤਰੀਕੇ ਨਾਲ ਕੱਢੇ ਕੋਈ ਪੈਪ ਪੂਪ ਲਾਵੇ ਹਾਂਜੀ ਸਲੰਸਰ ਰਾਈ ਮੂੰਹ ਲਾ ਕੇ ਨਾ ਉਥੋਂ ਦੇ ਅੰਦਰ ਨੂੰ ਸਾਹ ਖਿੱਚਣ ਡਿਆ ਉਹ ਮੈਂ ਕਿਹਾ ਬਤਮੀਜ਼ਾ ਤੂੰ 300 ਕਿਲੋ ਤੇ ਧੂਆਂ ਖਾ ਗਿਆ ਤੇ ਸਰ ਪੈਟਰੋਲ ਕਿੱਥੇ ਇਕੱਠਾ ਕੀਤਾ ਇਹਨੇ ਪੈਟਰੋਲ ਇਕੱਠਾ ਨਹੀਂ ਨਾ ਕੀਤਾ ਜਦੋਂ ਅੰਦਰੋਂ ਦੀ ਉਹਨੇ ਖਿੱਚੇ ਤੇ 3-4 ਪੇਜ ਚੱਲ ਗਏ ਇਹਦੇ ਗਲੇ 'ਚ ਉਹ ਮੇਨ ਪੇਜ ਸੀਗੇ ਗੱਡੀ ਦੇ ਤੇ ਮੇਰੀ ਗੱਡੀ ਸਟਾਰਟਰ ਹੋਵੇ ਮੈਂ ਫਿਰ ਇਹਨੂੰ ਪੁੱਛਿਆ ਤੇ ਇਹਦੇ ਮੂੰਹ 'ਚੋਂ ਖੜਕਣ ਦੀ ਆਵਾਜ਼ ਆਵੇ ਉਹ ਪੇਜ 'ਚ ਜੇ ਮੈਂ ਲਾ ਲਿਆ ਸਾਹਿਬ ਮੈਂ ਕਿਹਾ ਇਹਦੀ ਕਰਤੂਤ ਹੋ ਸਕਦੀ ਹੋਰ ਕਿਸੇ ਕਰਤੂਤ ਹੈ ਹੀ ਨਹੀਂ ਲੈ ਫਿਰ ਫੜ ਕੇ ਮੈਂ ਅੰਦਰ ਕਰਤਾ ਕੈਸਾ ਫੀਲ ਹੋ ਰਿਹਾ ਓਕੇ ਜੀ ਪਟੇ ਆਉਣ ਥੋੜੇ ਜੇ ਨਾ ਜੀ ਨਮਕ ਵਾਲੇ ਨੋ ਮਿੱਠੇ ਥੈਂਕਸ ਨੇ ਫੋਕੇ ਚੱਲਣਗੇ ਕੁਛ ਨਹੀਂ ਗੋਤੇ ਕੋਈ ਇਸ ਤਰ੍ਹਾਂ ਦੇ ਮਤਲਬ ਜਲਜੀਰ ਵਾਲੇ ਗੋਤੇ ਮੈਂ ਕਹਿਆ ਤਾਂ ਕੁਛ ਨਹੀਂ ਜੀ ਤੇਰੀ ਉਹ ਫੜਾ ਮੈਨੂੰ ਜਰਾ ਮੇਰਾ ਦਿਮਾਗ ਖਰਾਬ ਕੀਤਾ ਨਾ ਪੁੱਤਰ ਉੱਡ ਵੀ ਲੱਤ ਮਾਰਨੀ ਮੈਂ ਇੱਥੋਂ ਤੈਨੂੰ ਮੈਨੂੰ ਵੀ ਸਿਖਾ ਦੇ ਜੀ ਪੁੱਤਰ ਤੈਨੂੰ ਸਿਖਾ ਤੇ ਦਵਾਂ ਉਹਦੇ ਲਈ ਤੈਨੂੰ ਲੱਤ ਨਵੀਂ ਪਵਾਉਣੀ ਪੈਣੀ ਹੈ ਕਿਉਂ ਅਜੇ ਮਾਰਕੀਟ 'ਚ ਆਈ ਨਹੀਂ ਜਿਹੜੀ ਤੇਰੇ ਫਿੱਟ ਹੋਣੀ ਹੈ ਆਹ ਸੈਕਿੰਡ ਹੈ ਨਾ ਜੀ ਮੇਰੀ ਜੇ ਪੁੱਤਰ ਤੂੰ ਲਵਾਉਣੀ ਹੈ ਤੇ ਮੈਂ ਕੱਲ ਚਿਕਨ ਮੰਗਾਇਆ ਸੀ ਉਹ 'ਚ 1,00,000 ਪੀਸ ਬਚਿਆ ਉਹ ਫਿੱਟ ਕਰਵਾ ਲਾ ਨਹੀਂ 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 ਆ ਹੋ ਕੇ ਬਕਵਾਸ ਮਾਰਦਾ ਅੱਗੋਂ ਇਸੇ ਕਰਤੂਤਾ ਕਰਕੇ ਅੰਦਰ ਇਸੇ ਕਰਤੂਤਾ ਕਰਕੇ ਅੰਦਰ ਹੈ ਹਾਂਜੀ ਸਰ ਵਧੀਆ ਕੀਤਾ ਤੁਸੀਂ ਵੈਸੇ ਅੱਛਾ ਹੁਣ ਇਹਨੇ ਦੱਸਣਾ ਮੈਨੂੰ ਮੈਂ ਵਧੀਆ ਅਫਸਰ ਬੰਦ ਨੂੰ ਕੋਣ ਦੱਸਣੇ ਮੈਂ ਵਧੀਆ ਕੀਤਾ ਹੈ ਕੋਣ ਦੱਸ ਕੋਣ ਰਿਹਾ ਤੇ ਚੀਜ਼ ਦੇਖੇ ਤੁਸੀਂ ਮੜ ਜੀ ਉਹ ਬੇਟਾ ਮੇਰੀ ਗੱਲ ਸੁਣ ਸਰ ਨਹੀਂ ਬਹੁਤ ਕੱਟੇ ਕੀਤਾ ਵੈਸੇ ਤੁਸੀਂ ਕੀ ਕੀਤਾ ਬਹੁਤ ਕੱਟੇ ਕੀਤਾ ਤੁਸੀਂ ਇਹ ਕੈਸੀ ਗੱਲ ਕੀਤੀ ਸਰ ਤੁਹਾਨੂੰ ਹੁਣ ਵਧੀਆ ਨਹੀਂ ਮੈਂ ਜ਼ਿੰਦਗੀ 'ਚ ਜਿੱਦਾਂ ਮਰਜ਼ੀ ਕੱਟ ਗਿਆ ਕਰ ਲਾ ਪੁੱਤਰ ਤੈਨੂੰ ਨਹੀਂ ਜਿੱਤ ਸਕਦਾ ਹੁਣ ਦੇਖ ਲਓ ਸਰ ਤੁਹਾਨੂੰ ਵਧੀਆ ਵੀ ਵਧੀਆ ਨਹੀਂ ਲੱਗਦਾ ਮੈਂ ਕੀ ਕਰ ਸਕਦੀ ਹਾਂ ਵਧੀਆ ਨਹੀਂ ਵਧੀਆ ਲੱਗਦਾ ਮਤਲਬ ਮੈਂ ਤੁਹਾਨੂੰ ਕਹਿ ਕੇ ਵਧੀਆ ਕੀਤਾ ਅੱਛਾ ਉਹ ਵਧੀਆ ਨਹੀਂ ਲੱਗਦਾ ਉਹ ਬੇਟਾ ਐਕਚੁਅਲ 'ਚ ਮੈਨੂੰ ਤਾਂ ਨਹੀਂ ਅੱਛਾ ਲੱਗਾ ਕਿਉਂਕਿ ਤੇਰੇ ਮੂੰਹ 'ਚੋਂ ਵਧੀਆ ਵਧੀਆ ਸ਼ਬਦ ਵੀ ਬਣ ਕੇ ਨਿਕਲਦਾ ਉਹ ਇਦਾਂ ਵੀ ਲੱਗਦਾ ਕਿ ਤੂੰ ਕਿਹਾ ਵਧੀਆ ਪਰ ਨਿਕਲਿਆ ਘਟੀਆ ਭਾਵੇਂ ਦਲਾਵਾਂ ਲਾਵਾਂ ਇੱਧਰ ਉੱਧਰ ਹੋ ਜਾਂਦੀਆਂ ਪਰ ਸਿਰ ਮੈਂ ਵਧੀਆ ਘਟਿਆ ਕਹਿੰਦੀ ਆ ਨਾ ਹਾਂ ਕਿਉਂਕਿ ਤੂੰ ਘਟਿਆ ਬਹੁਤ ਹੈ ਇਸ ਕਰਕੇ ਤੂੰ ਵਧੀਆ ਕਹਿ ਨਹੀਂ ਸਕਦੀ ਸੋ ਵਧੀਆ ਘਟਿਆ ਦੇ ਵਿੱਚ ਇਨਸਾਨ ਨੂੰ ਹਮੇਸ਼ਾ ਵਧੀਆ ਹੀ ਰਹਿਣਾ ਚਾਹੀਦਾ ਸਮਝੀ ਆ ਘਟਿਆ ਔਰ ਇੱਕ ਘਟਿਆ ਪਿੱਛੇ ਵੀ ਬੈਠਾ ਸਰ ਹੈ ਇੱਕ ਘਟਿਆ ਪਿੱਛੇ ਵੀ ਬੈਠਾ ਉਹ ਇਹ ਘਟਿਆ ਨਹੀਂ ਇਹਨੇ ਘਾਟ ਘਾਟ ਦਾ ਪਾਣੀ ਪੀਤਾ ਤੈਨੂੰ ਪਤਾ ਨਹੀਂ ਇਹਦਾ ਤਾਂ ਹੀ ਘਟਿਆ ਹੋਇਆ ਸਰ ਇਹ ਗੱਲ ਵੀ ਤੇਰੀ ਇਹ ਚ ਪੁਆਇੰਟ ਵੀ ਹੈਗਾ ਵੀ ਗੱਲ ਅੱਛਾ ਮੇਰੀ ਗੱਲ ਸੁਣ ਲਵ ਯੂ ਬਾਰੀ ਖੋਲ ਲੈ ਵਾਹਿਗੁਰੂ ਬੋਲ ਕਾ ਸੀਟ ਪਰ ਬੈ ਜਾ ਬੱਲੀਏ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨਾ ਬਾਬੇ ਆ ਕੇ ਚੱਲ ਚਲੀਏ ਯੋ ਪਈਏ ਜਨਾਬ ਚਾਬੀ ਯੋ ਪਈਏ ਤੇ ਅਸੀਂ ਕੀ ਮਤਲਬ ਯੋ ਹਨੀ ਸਿੰਘ ਨੂੰ ਬੁਲਾ ਲਈਏ ਫਿਰ ਮੈਂ ਤਾਂ ਇੱਕਣਾ ਕਿਹਾ ਹੀ ਨਹੀਂ ਤੁਹਾਨੂੰ ਨਹੀਂ ਇੱਕਣਾ ਨਹੀਂ ਇੱਕ ਮਿੰਟ ਭਾਜੀ ਪਹਿਲੀ ਗੱਲ ਤੇ ਇਹ ਠਾਣਾ ਇੱਕੋ ਤੁਹਾਡਾ ਕੋਈ ਐਸਾ ਕੋਈ ਰਿਕਾਰਡਿੰਗ ਸਟੂਡੀਓ ਨਹੀਂ ਜਿੱਥੇ ਗਾਣਾ ਗਾਉਂਦੇ ਆ ਗਏ ਇਹ ਠਾਣੇ ਦੇ ਵਿੱਚ ਕੋਈ ਤਰੀਕਾ ਹੁੰਦਾ ਦਾ ਕੀ ਨਾਮ ਹੈ ਭਾਈ ਸਾਹਿਬ ਤੁਹਾਡਾ ਮੇਰਾ ਨਾਮ ਹੈ ਮੁਖਤਿਆਰ ਸਿੰਘ ਮੁਖਤਿਆਰ ਜੀ ਹਾਂਜੀ ਦੱਸੋ ਜੀ ਕੀ ਪ੍ਰੋਬਲਮ ਹੈ ਮੁਖਤਿਆਰ ਇੱਕ ਤੇ ਮਹਾਰਾਜ ਥੋੜਾ ਜਿਹਾ ਨਾ ਤਰੀਕੇ ਨਾਲ ਖੜੇ ਹੋਵੋ ਇਹ ਠਾਣਾ ਹੈਗਾ ਨਹੀਂ ਸਰ ਉਹਨਾਂ ਦਾ ਢਿੱਡ ਢਿੱਡ ਇਦਾਂ ਹੀ ਆ ਅੱਛਾ ਗੱਲ ਸੁਣੋ ਗੁੱਡੀ ਮੈਂ ਤਾਂ ਸ਼ਾਇਦ ਆਕੜ ਕੇ ਖੜਾ ਸੁਣਦੀ ਨਹੀਂ ਗੱਲ ਹਾਂਜੀ ਜੋ ਟਾਈਮ ਲੱਗਿਆ ਪਰ ਚੀਜ਼ ਬਣ ਗਈ ਮੇਰੀ ਉਹ ਨਹੀਂ ਚੀਜ਼ ਬਣਾਉਣ ਨੂੰ ਇਹ ਤੁਸੀਂ ਕੀ ਸੋਨੇ ਦਾ ਮਟਕਾ ਬਣਵਾ ਲਿਆ ਕੀ ਚੀਜ਼ ਬਣ ਕੇ ਕੀ ਬੁਗਣੀ ਹੈ ਇਹ ਕੀ ਪੈਸੇ ਇਕੱਠੇ ਕਰਦੇ ਹੋ ਕਿ ਆਪਣੇ ਬੱਚਿਆਂ ਲਈ ਸਰਦੀਆਂ ਦਾ ਰਾਸ਼ਨ ਕੀ ਇਕੱਠਾ ਕੀਤਾ ਕਿੰਨਾ ਕੁ ਟਾਈਮ ਲੱਗਾ ਇਹ ਚੀਜ਼ ਬਣਨ ਤੇ ਪੁੱਤਰ ਇਹਨੂੰ ਲੱਗਦਾ ਜ਼ਿਆਦਾ ਟਾਈਮ ਹੈ ਤੇਰਾ ਟਾਈਮ ਘੱਟ ਹੀ ਸੀ ਉਹਨਾਂ ਕੋਲ ਨਾ ਨਾ ਜੀ ਪਹਿਲਾਂ ਮੈਂ ਛੇਤੀ ਬਣ ਗਿਆ ਤਾਂ ਤੈਨੂੰ ਕਾਲੀ ਹੀ ਨਾ ਮੈਂ ਚੀਜ਼ ਬਣਾ ਲਾ ਮੈਂ ਵੀ ਜੀ ਲਓ ਜੀ ਕਰੋ ਗੱਲ ਉਹਦੇ ਨਾਲ ਜਨਾਬ ਪਹਿਲਾਂ ਤਾਂ ਮੈਨੂੰ ਉਹ ਗੱਲ ਦੱਸੋ ਇਹ ਉਹ ਤੁਸੀਂ ਕੰਪਲੀਟਾ ਸਕੂਲ ਕੀ
अंदर कर दी गल दसो की प्रॉब्लम की किस तरह तशरीफ पकड़ने का मुझको नहीं गा पकड़ने का उसको किसको ਜਿਸਨਾ ਮੇਰੀ ਗੱਡੀ ਮਲਾ ਦੀ ਗੱਡੀ ਗਾੜ ਕੋਪਰ ਤੋਂ ਕਿਦਾਂ ਹੋ ਗਏ ਮਿੱਠ ਜੀ ਕਿੱਥੇ ਰਹਿੰਦੇ ਕਿੱਥੋਂ ਤੁਸੀਂ ਮਾਰੀ ਜੋ ਬੋਲੀ ਉਸ ਮੈਂ ਹਿੰਦੀ ਵੀ ਮਿਕਸ ਕਰੀ ਅੱਛਾ ਤੁਸੀਂ ਹੈ ਕੀ ਹੋ ਤੁਸੀਂ ਮੈਂ ਪਵਾਦੀ ਹੈ ਮੈਂ ਪਵਾਦੀ ਉਹ ਭਾਈ ਕੰਮ ਕੀ ਕਰਨਾ ਤੂੰ ਤੇ ਕੀ ਪਵਾਤੀ ਚਾਬੀ ਨਹੀਂ ਦਿਖੀ ਤੁਹਾਨੂੰ ਅੱਛਾ ਅੱਛਾ ਚਾਬੀ ਵਾਲਾ ਬਾਂਦਰ ਹੈ ਜਿਸਕੇ ਹੱਥ ਮੈਂ ਚਾਬੀ ਉਹੀ ਹੋ ਡਰਾਈਵਰ ਅੱਛਾ ਡਰਾਈਵਰ ਸਾਹਿਬ ਉਹ ਠੀਕ ਹੈ ਜੇ ਫਿਰ ਮੈਂ ਸਮਝ ਗਿਆ ਬੰਬੇ ਬੁੰਬੇ ਗੇੜੇ ਲਾਉਂਦੇ ਰਹਿੰਦੇ ਆ ਨਾ ਹਾਂਜੀ ਤੇ ਇਹਨਾਂ ਨੂੰ ਯੂਜ਼ ਕਰਨਾ ਪੈਂਦਾ ਕਿਉਂਕਿ ਰਸਤੇ 'ਚ ਪੁਲਿਸ ਰੋਕ ਲੈਂਦੀ ਹੈ ਬੜਾ ਭਾਸ਼ਾ ਆਉਂਦੀ ਹੁੰਦੀ ਤੋਂ ਲੋਕਾਂ ਕੋ ਗਿਆ ਪਤਾ ਡਰਾਈਵਰੀ ਕਿਆ ਚੀਜ਼ ਹੈ ਡਰਾਈਵਰੀ ਸਾਨੂੰ ਕਿਉਂ ਨਹੀਂ ਪਤਾ ਬਈ ਡਰਾਈਵਰੀ ਮਾ ਬੰਦੇ ਕੋ ਰਹਿਣਾ ਪੈਂਦਾ ਚੁਕੰਨਾ ਅੱਛਾ ਹੈ ਉਹ ਤੇ ਅੰਨਾ ਵੀ ਰਹਿੰਦਾ ਉਹ ਤੇ ਰਜੀਜ਼ ਖੰਨਾ ਵੀ ਰਹਿੰਦਾ ਸਾਡੇ ਮੱਲੇ ਵਾਲਾ ਅੱਛਾ ਤੁਹਾਡੇ ਮੱਲੇ ਵਾਲਾ ਉਥੇ ਰਜੇਸ਼ ਖੰਨਾ ਰਹਿੰਦਾ ਸਾਡੇ ਰਹਿੰਦਾ ਉਹ ਅੱਛਾ ਅੱਛਾ ਨਹੀਂ ਨਹੀਂ ਕੀ ਚੁਕੰਨਾ ਰਹਿਣਾ ਬੰਦੇ ਤੁਹਾਨੂੰ ਕੀ ਲੱਗਦਾ ਕਿ ਸਿਰਫ ਡਰਾਈਵਰ ਚੁਕੰਨੇ ਰਹਿੰਦੇ ਪੁਲਿਸ ਨਹੀਂ ਚੁਕੰਨੀ ਹੈਗੀ ਉਹ ਤੁਹਾਡੀ ਆਪਣੀ ਡਿਊਟੀ ਸਾਡੀ ਆਪਣੀ ਡਿਊਟੀ ਦੋਵਾਂ ਦੀ ਡਿਊਟੀ ਮੈਂ ਕਿਆ ਕਰ ਰਹੇ ਤੁਸੀਂ ਗੱਲਬਾਤ ਇੱਕ ਘੜਾ ਨਹੀਂ ਜੋੜਨੀ ਹੈ ਨਹੀਂ ਉਹ ਤਾਂ ਚੱਲ ਮੈਂ ਤੇਰੀ ਗੱਲ ਸਮਝ ਗਿਆ ਹੁਣ ਭਰਾਵਾ ਸਾਨੂੰ ਦੱਸ ਲੈਣ ਕੀ ਆਇਆ ਗੱਲ ਡਿਊਟੀ ਕੀ ਹੈ ਹਮੇ ਡਿਊਟੀ ਤੇ ਨਹੀਂ ਮੁੱਕਰ ਰਹੇ ਤੁਸੀਂ ਕਿੱਕਰਾਂ ਮੁੱਕਰ ਰਹੇ ਫਿਰ ਮੈਂ ਤਾਂ ਓਏ ਇੱਧਰ ਦੇਖ ਕਿੱਕਰਾਂ ਤੇ ਜਿਹੜੀ ਤੂੰ ਗੱਲ ਕੀਤੀ ਹੈ ਨਾ ਕਿੱਕਰਾਂ ਦੇ ਹੇਠ ਬੈਠ ਕੇ ਦੁੱਖ ਫਰੋ ਲੇਂਗੀ ਜਦੋਂ ਛੱਡ ਗਿਆ ਯਾਰ ਤੇਰਾ ਉਦੋਂ ਹੈ ਤੇ ਮੇਰੀ ਗੱਲ ਸੁਣ ਤੂੰ ਤੈਨੂੰ ਮੈਂ ਸਿੱਧੀ ਸਿੱਧੀ ਗੱਲ ਦੱਸਾਂ ਜੋ ਗਾਣੇ ਪੀਣੇ ਦਾ ਵੀ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਉਹ ਯਾਰ ਤੂੰ ਕਿ ਡੀਐਸਪੀ ਲੱਗਾ ਸਾਰੀ ਤਫਤੀਸ਼ ਅੱਜ ਹੀ ਕਰਨੀ ਹੈ ਉਹ ਨਾ ਨਾ ਡਰਾਈਵਰਾਂ ਨੂੰ ਗਾਣੇ ਸੁਣਗਾ ਸੌਖ ਹੁੰਦਾ ਹੁਣ ਤੂੰ ਦੇਖਿਆ ਮੈਂ ਅੰਦਰ ਆ ਰਿਹਾ ਤਾ ਇੱਕ ਮਿੰਟ ਵਾ ਇੱਕ ਵਾ ਤੁਸੀਂ ਨਹੀਂ ਨਹੀਂ ਤੁਸੀਂ ਨਹੀਂ ਕਿਹਾ ਭਾਈ ਮੇਰੀ ਗੱਲ ਸੁਣ ਇਹ ਜਿਹੜਾ ਤੂੰ ਐਕਸਟਰਾ ਲੈ ਕੇ ਚੱਲਿਆ ਨਾ ਪਲਾਟ ਨਾਲ ਬੇਟਾ ਮੈਂ ਇੰਨੀਆਂ ਬੋਰੀਆਂ ਕਰਨੀਆਂ ਤੇ ਜਾਂਦਿਆਂ ਤੱਕ ਤੇਰੇ ਇਹਦੇ 'ਚੋਂ ਨਾ ਤਤੀਰੀਆਂ ਵਗਣੀਆਂ ਸ਼ੁਰੂ ਹੋ ਗਈਆਂ ਜੋ ਮਰਜ਼ੀ ਕਹੀਂ ਤੂੰ ਕੀ ਹੁੰਦਾ ਓਏ ਨਾ ਵਾਹੇ ਦਾ ਦਿਲ ਮਾ ਤਾਂ ਉਹ ਨਹੀਂ ਥਾ ਜੋ ਤੁਸੀਂ ਸੁਣ ਲਿਆ ਜੇ ਪੁੱਤਰ ਦੁਬਾਰਾ ਨਿਕਲੇ ਤੇਰਾ ਦਿਲ ਵੀ ਨਹੀਂ ਰਹਿਣਾ ਉੱਥੇ ਉਹ ਉਸਕਾ ਫਿਰ ਹਮੇ ਲਿਖਤ ਮਾ ਮਾਫੀ ਦੇ ਦੇਣਾ ਲਿਓ ਪੇਪਰ ਲਿਆ ਦੋ ਲਿਖ ਦਿੰਦੀ ਉਸ ਮਾ ਐਡਾ ਤੂੰ ਪੇਪਰ ਨਾ ਸਫੇ ਬਾ ਲਿਖ ਦਿੰਦੇ ਵੀ ਹਮ ਤੇ ਗਲਤੀ ਹੋ ਗਈ ਮਾਫ ਕਰੋ ਤੇ ਗੱਲ ਕਰ ਦਫਾ ਕਰ ਬੇਟਾ ਸਫਾ ਛੱਡ ਮੈਂ ਤੈਨੂੰ ਉਦਾਂ ਦਫਾ ਕਰ ਦੇਣਾ ਨਾ ਕਰ ਇਦਾਂ ਮੈਨੂੰ ਦੱਸ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਜੀ ਹਮੇ ਆਪਣੀ ਡਿਊਟੀ ਕਰ ਰਹੇ ਤੇ ਗੱਡੀ ਲੈ ਕੀ ਕਰ ਰਿਹਾ ਸੀ ਗੱਡੀ ਲੈ ਕੇ ਜਾ ਰਿਹਾ ਤਾ ਜੀ ਮੈਂ ਅੱਛਾ ਹਾਂ ਹਾਂ ਗੱਡੀ ਲੈ ਕੇ ਜਾ ਰਿਹਾ ਤੀ ਗੱਡੀ ਮੈਂ ਮਾੜੀ ਖੜਾਈ ਹੈ ਮੈਂ ਕਿਹਾ ਚੱਲ ਕੋਕਾ ਕੋਲਾ ਜਾਂ ਪੀ ਲਈਏ ਕੀ ਮੈਂ ਤੈਨੂੰ ਮਨਾ ਕੀਤਾ ਸੀ ਬੱਤਾ ਪੀ ਲਈਏ ਨਹੀਂ ਮੈਂ ਤੈਨੂੰ ਮਨਾ ਕੀਤਾ ਸੀ ਹੁਣ ਤੇ ਕੋਕਾ ਕੋਲਾ ਪੀਤੀ ਗਈ ਆਹੋ ਆਪ ਲੈ ਆਓ ਫਿਰ ਉਹੀ ਪੀਤੀ ਮਾਏ ਉਹ ਜੋ ਕਿਹਾ ਜੀ ਮੰਗਾ ਲਓ ਜੀ ਉਹ ਯਾਰ ਪੁੱਤਰ ਤੂੰ ਨਾ ਭਲੇਖਾ ਪਾ ਤੂੰ ਬੜੀ ਦੇਰ ਬਾਅਦ ਮੈਂ ਬੈਠਾ ਨਹੀਂ ਪਤਾ ਲੱਗਣ ਦਿਆ ਮਤਲਬ ਛੱਡੋ ਪਹਿਲਾਂ ਗੱਲ ਸੁਣੋ ਮੇਰੀ ਹਾਂ ਮਾ ਗੱਡੀ ਲੈ ਕੇ ਯਾਰ ਤੂੰ ਸਾਹ ਵੀ ਲੈਣਾ ਕਿ ਲਗਾਤਾਰ ਕੀ ਪੈਟਰੋਲ ਪੀ ਕੇ ਆ ਮੈਨੂੰ ਲੱਗਦਾ ਤੇਰੀ ਗੱਡੀ ਦੀ ਛੱਡ ਕੇ ਮੈਨੂੰ ਲੱਗਦਾ 12 ਦੀ ਐਵਰੇਜ ਤੇ ਤੂੰ ਹੀ ਦਿੰਦਾ ਹੋਣਾ ਡਰਾਈਵਰੀ ਹਮੇ ਕਰ ਰਹੇ ਪੈਟਰੋਲ ਤੁਸੀਂ ਰੇਟ ਦੱਸ ਰਹੇ ਹਮੇ ਤਾਂ ਡੀਜ਼ਲ ਵਜ ਲਾ ਰਹੇ ਗੱਡੀ ਉਹ ਪਈ ਚਾਬੀ ਯਾਰ ਤੂੰ ਮਿੰਟ ਬਾਅਦ ਛੱਡ ਕੇ ਚਾਬੀ ਇਹ ਕਿੰਨਾ ਉਹ ਪਈ ਚਾਬੀ ਤੇ ਲੈ ਆਹ ਪਈ ਚਾਬੀ ਇਹਦੇ 'ਚ ਕੀ ਹੈ ਉਹ ਪਈ ਤੇ ਆਹ ਪਈ 'ਚ ਕਿੰਨਾ ਫਰਕ ਹੁੰਦਾ ਤੇ ਆਹ ਪਿਆ ਮੋਬਾਈਲ ਆਹ ਪਈ ਲੁੱਟੋ ਜੀ ਤੇ ਉਹ ਪਿਆ ਗੰਦ ਹੋਰ ਦੱਸ ਨਾ ਮੈਂ ਤਾਂ ਉਹ ਕਹਿ ਰਿਹਾ ਤਾ ਯੋ ਚਾਬੀ ਉਹ ਆ ਬਈ ਹੁਣ ਤਾਂ ਤਦੇ ਜਿੰਦਾ ਖੁੱਲੂਗਾ ਜਦ ਮੇਰੀ ਗੱਲ ਪਕੜ ਮੈਂ ਆਊਗੀ ਤੁਹਾਡਾ ਉਹ ਕੀ ਪਕੜ ਚ ਲਿਆਣਾ ਹੁਣ ਤੂੰ ਭਰਾ ਕੇ ਦੱਸ ਕੀ ਹੋਇਆ ਕੀ ਇੱਕ ਤਾਂ ਪੈਨ ਵੀ ਨਹੀਂ ਹੁੰਦਾ ਇੱਥੇ ਅੱਛਾ ਚੱਲ ਮੈਂ ਸੁਣਨ ਡਿਆ ਮੈਂ ਗੱਡੀ ਲੈ ਕੇ ਗਿਆ ਚੌੜੇ ਬਾਜ਼ਾਰ ਅੱਛਾ ਚੌੜੇ ਚ ਗਿਆ ਚੌੜੇ ਬਾਜ਼ਾਰ ਨਹੀਂ ਬਾਜ਼ਾਰ ਚੌੜੇ ਚ ਗਿਆ ਕਿ ਆਪ ਵੀ ਚੌੜੇ ਚ ਗਿਆ ਇਹ ਉਹਦਾ ਆਪਣੀ ਦੇਹ ਚੌੜੀ ਹੈ ਦੇਹ ਨਹੀਂ ਨਾ ਚੌੜੀ ਕੱਲਾ ਇਹੀ ਚੌੜਾ ਅੱਗੋਂ ਚਲੋ ਉਹ ਵੀ ਗੱਲ ਬਣੀ ਹੈ ਕਿਸ ਤਰ੍ਹਾਂ ਅੱਛਾ ਹਾਂ ਫੇਰ ਟਾਈਮ ਲੱਗਿਆ ਪਰ ਚੀਜ਼ ਤਾਂ ਬਣ ਗਈ ਇਹ ਕੀ ਤੂੰ ਮੁੰਦੀ ਬਣਵਾਈ ਹੈ ਜਾਂ ਘਰ ਵਾਲੀ ਵਾਸਤੇ ਹਾਰ ਬਣਾਇਆ ਜਿਹੜਾ ਚੀਜ਼ ਬਣ ਗਈ ਇਹ ਮੈਨੂੰ ਦੱਸ ਪੁੱਤਰ ਚੀਜ਼ ਉਹ ਜਿਹੜੀ ਬਣੀ ਹੁੰਦੀ ਹੈ ਨਾ ਉਹ ਮਾੜੇ ਟਾਈਮ ਤੇ ਕੰਮ ਆਉਂਦੀ ਹੈ ਇਹਨੇ ਤੇਰੇ ਲਈ ਮਾੜੇ ਟਾਈਮ ਤੇ ਕਿੱਦਾਂ ਕੰਮ ਆਣਾ ਦੱਸੀ ਮੈਨੂੰ ਜਦ ਕਦੇ ਐਕਸੀਡੈਂਟ ਤੋਂ ਬਚਾ ਲੈਂਦੀ ਛਾਤੀ ਤਾਂ ਨਹੀਂ ਵੱਜਦੀ ਢਿੱਡੇ ਵੱਜਦਾ ਬਚਾ ਲੈਂਦਾ ਜੋ